ਵਾਲੇਕੁਮ ਰਹਿਮਤੁਲਾਹਿ ਵਬਰਕਾਤ। ਅੱਜ ਅਸੀਂ ਗੱਲ ਕਰਾਂਗੇ ਕਸ਼ਨੀਸ਼ 'ਤੇ। ਕਸ਼ਨੀਸ਼ ਕਿਹਾ ਜਾਂਦਾ ਖੁਸ਼ਕ ਧਨੀਏ ਨੂੰ, ਪੰਜਾਬੀ ਜ਼ਬਾਨ 'ਚ ਇਹਨੂੰ ਸੁੱਕਾ ਧਨੀਆ ਕਹਿੰਦੇ ਨੇ, ਔਰ ਖਾਸ ਕਰਕੇ ਇਹਨੂੰ ਖੁਸ਼ਕਾ ਮਰਾਠੀ ਜ਼ਬਾਨ 'ਚ ਕਹਿੰਦੇ ਨੇ। ਇਹਦੇ ਕਈ ਇਲਾਕਿਆਂ 'ਚ ਕਈ ਨਾਮ ਨੇ, ਲੇਕਿਨ ਇਹਨੂੰ ਸੁੱਕੇ ਧਨੀਏ ਤੋਂ ਹਰ ਬੰਦਾ ਵਾਕਫ ਹੈ। ਕਿਚਨ ਦੀ ਜ਼ੀਨਤ, ਖਾਣਿਆਂ ਦੀ ਜ਼ੀਨਤ ਨੂੰ ਵਧਾਉਣ ਵਾਸਤੇ ਅਸੀਂ ਇਸਤੇਮਾਲ ਕਰੀਦਾ, ਲੇਕਿਨ ਇਹ ਮਹਾਰਾਜਾ ਦੇ ਦੌਰ ਦੇ ਅੰਦਰ ਦਵਾਈਆਂ 'ਚ ਵੀ ਇਸਤੇਮਾਲ ਹੁੰਦੇ ਸੀ, ਖਾਣਿਆਂ 'ਚ ਵੀ ਇਸਤੇਮਾਲ ਹੁੰਦੇ ਸੀ। ਸਮਝਣ ਨੂੰ ਇਹਨੂੰ ਇੱਕ ਮਸਾਲਾ ਸਮਝਿਆ ਜਾਂਦਾ, ਲੇਕਿਨ ਇਹਦੇ ਬੜੇ ਫਾਇਦੇ ਨੇ। ਅੱਜ ਅਸੀਂ ਚੰਦ ਫਾਇਦੇ ਦੇ ਤੁਹਾਨੂੰ ਬਿਆਨ ਕਰਾਂਗੇ, ਜਿਹੜੇ ਅੱਜ ਤੱਕ ਤੁਸੀਂ ਕਿਸੇ ਵੀ ਵੀਡੀਓ 'ਚ ਨਾ ਸੁਣੇ ਨੇ, ਨਾ ਦੇਖੇ ਹੋਣਗੇ, ਨਾ ਕਿਸੇ ਮਾਈ ਦੇ ਲਾਲ ਨੇ ਦੱਸੇ ਨੇ। ਅਲਹਮਦੁਲਿਲਾ ਮੇਰੀ ਏਅਰ 'ਤੇ 42 ਸਾਲ ਉਮਰ ਦੇ ਅੰਦਰ ਅੰਦਰ ਅਲਹਮਦੁਲਿਲਾ ਮੁਕੰਮਲ ਏਅਰ 'ਤੇ ਰਿਸਰਚ 32 ਸਾਲ ਦੀ। ਧਨੀਆ ਜਿਹੜਾ ਵੇ, ਕਈ ਬੰਦੇ ਕਹਿੰਦੇ ਨੇ ਜੀ ਇਹਨੂੰ ਇਸਤੇਮਾਲ ਕਰਨ ਲੱਗਿਆਂ ਇਨਸਾਨ ਨਮਰਦ ਹੋ ਜਾਂਦਾ, ਸਭ ਅਖਵਾਹ ਹੈ, ਝੂਠੀਆਂ ਗੱਲਾਂ ਨੇ। ਹਰ ਚੀਜ਼ ਦਾ ਇੱਕ ਮਿਆਰ ਹੁੰਦਾ, ਹਰ ਚੀਜ਼ ਦਾ ਇੱਕ ਫਾਇਦਾ ਹੁੰਦਾ, ਹਰ ਚੀਜ਼ ਨੂੰ ਇਸਤੇਮਾਲ ਕਰਨ ਦਾ ਇੱਕ ਤਰੀਕਾ ਹੁੰਦਾ। ਇਨਸਾਨ ਅੰਨੇ ਵਾਹ ਕੋਈ ਵੀ ਚੀਜ਼ ਇਸਤੇਮਾਲ ਕਰੇ, ਮਿਸਾਲ ਦੇ ਤੌਰ 'ਤੇ ਇਨਸਾਨ ਰੋਟੀ ਅੰਨੇ ਵਾਹ ਖਾ ਲੈਂਦਾ। ਕਈ ਬੰਦੇ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਰੋਟੀ ਜਿਹੜੇ ਨੇ ਉਹ ਢਿੱਡ ਵਗਾਣਾ ਸਮਝ ਕੇ ਖਾ ਪੈਂਦੇ ਨੇ, ਬਾਅਦ 'ਚ ਕੀ ਹੈ ਜੀ ਉਲਟੀਆਂ ਹੁੰਦੀਆਂ, ਚੱਕਰਵਾਦ ਹਜ਼ਮੀ ਹੈਗਾ ਹੋ ਗਿਆ। ਲੇਕਿਨ ਸੁੱਕੇ ਧਨੀਏ ਦੀ ਗੱਲ ਹੋ ਰਹੀ ਹੈ ਕਿ ਸੁੱਕਾ ਧਨੀਆ ਕੀ ਫਾਇਦੇ ਤੁਹਾਨੂੰ ਦੇ ਸਕਦਾ, ਔਰ ਉਹ ਫਾਇਦੇ ਜਿਹੜੇ ਤੁਸੀਂ ਨਹੀਂ ਸੁਣੇ ਇਸ ਵੀਡੀਓ 'ਚ ਅਲਹਮਦੁਲਿਲਾ ਤੁਹਾਨੂੰ ਸੁਣਾਵਾਂਗੇ ਅਤੇ ਤੁਹਾਨੂੰ ਦੱਸਾਂਗੇ। ਅਤੇ ਅਲਹਮਦੁਲਿਲਾ ਮੈਂ ਗੱਲਾਂ ਕਰਨ 'ਚ ਨਹੀਂ, ਮੈਂ ਕਰਨ ਦੇ ਅੰਦਰ ਅਲਹਮਦੁਲਿਲਾ ਯਕੀਨ ਰੱਖਣਾ ਵਾਂ। ਸਭ ਤੋਂ ਪਹਿਲੀ ਗੱਲ ਇਹ ਵੇ ਕਿ ਸੁੱਕਾ ਧਨੀਆ ਜਿਹੜਾ ਵੇ, ਇਹ ਫਾਈਬਰ ਤੋਂ ਲੈ ਕੇ ਕੈਲਸ਼ੀਅਮ, ਵਿਟਾਮਿਨ ਈ ਤੋਂ ਲੈ ਕੇ ਡੀ ਤੱਕ, ERNT, ਇਹਦੇ ਬਹੁਤ ਸਾਰੇ ਗੁਣ ਨੇ ਮਾਲਕ ਨੇ ਰੱਖੇ। ਸੁੱਕਾ ਧਨੀਆ ਸਭ ਤੋਂ ਪਹਿਲੀ ਗੱਲ ਇਹ, ਸੁੱਕਾ ਧਨੀਆ ਦਾ ਤਰੀਕਾ ਮੈਂ ਦੱਸਣ ਲੱਗਾ, ਖਾਣਾ ਤੁਸੀਂ ਉਸ ਤਰੀਕੇ ਨਾਲ ਗਲਤ ਇਸਤੇਮਾਲ ਨਹੀਂ ਕਰਨਾ, ਠੀਕ ਹੈ। ਸੁੱਕਾ ਧਨੀਆ ਤੁਹਾਡੇ ਪੇਟ ਦੀ, ਜਿਗਰ ਦੀ, ਮੇਦੇ ਦੀ, ਦਿਮਾਗ ਦੀ ਤਾਕਤ ਵਧਾਉਣ ਦਾ ਬਾਦਸ਼ਾਹ ਮੰਨਿਆ ਗਿਆ। ਜਿਗਰ ਮੇਦੇ ਮਸਾਨੇ ਦੀ ਗਰਮੀ ਖਤਮ ਕਰਨ ਦਾ ਬਾਦਸ਼ਾਹ ਮੰਨਦਾ ਹੈ, ਬਾਦਸ਼ਾਹ ਹੈ। ਇਹਦੇ ਤੋਂ ਬਾਅਦ ਤੁਹਾਡੇ ਵਾਲ ਬਹੁਤ ਜਲਦੀ ਨਾਲ ਡਿੱਗਦੇ ਨੇ, ਅਗਰ ਤਾਂ ਤੁਸੀਂ ਸੁੱਕਾ ਧਨੀਆ ਇਸਤੇਮਾਲ ਕਰਿਆ ਕਰੋ। ਨਜ਼ਰ ਦੀ ਕਮਜ਼ੋਰੀ ਹੈ ਤਾਂ ਸੁੱਕਾ ਧਨੀਆ ਇਸਤੇਮਾਲ ਕਰਿਆ ਕਰੋ। ਕੰਨਾਂ 'ਚ ਛਾਂ ਛਾਂ ਦੀ ਆਵਾਜ਼ ਹੈ ਤਾਂ ਸੁੱਕਾ ਧਨੀਆ ਇਸਤੇਮਾਲ ਕਰਿਆ ਕਰੋ। ਮੂੰਹ 'ਚ ਗੰਦੀ ਸਮੈਲ ਹੁੰਦੀ ਹੈ ਤਾਂ ਸੁੱਕਾ ਧਨੀਆ ਇਸਤੇਮਾਲ ਕਰਿਆ ਕਰੋ। ਪੇਟ ਦੇ ਅੰਦਰ ਅਕਸਰ ਦਰਦ ਰਹਿੰਦੀ ਹੈ, ਖਾਣਾ ਪੰਚਰ ਤੰਤ ਪਹੁੰਚਾਉਂਦਾ ਨਹੀਂ, ਔਰ ਖਾਸ ਕਰਕੇ ਅੰਤਰੀਆਂ ਦੇ ਵਿੱਚ ਗੰਦਾ ਸਟੋਨ ਫਸਿਆ, ਜਾਲਾ ਬਣ ਗਿਆ ਹੈ, ਬਹੁਤ ਜ਼ਿਆਦਾ ਪਰੇਸ਼ਾਨੀ ਅੰਤਰੀਆਂ ਦੇ ਉੱਤੇ, ਸੁੱਕਾ ਧਨੀਆ ਇਸਤੇਮਾਲ ਕਰਿਆ ਕਰੋ। ਅੱਗੇ ਚੱਲ ਕੇ ਇਹ ਵੀ ਦੱਸਣਾ ਕਿ ਸੁੱਕਾ ਧਨੀਆ ਤੁਸੀਂ ਕਿਵੇਂ ਇਸਤੇਮਾਲ ਕਰਨਾ, ਰੀੜ ਦੀ ਹੱਡੀ ਹੈ ਜਾਂ ਖਾਸ ਕਰਕੇ ਤੁਹਾਡੇ ਗਲੇ ਦੇ ਅੰਦਰ ਜਿਹਨੂੰ ਗੱਲੜ ਕਹਿੰਦੇ ਨੇ, ਥਾਈਰਾਇਡ, ਅਗਰ ਇਹ ਮਸਲਾ ਤਾਂ ਸੁੱਕਾ ਧਨੀਆ ਬਾਦਸ਼ਾਹ ਮੰਨਿਆ ਗਿਆ। ਖਾਸ ਕਰਕੇ ਅਗਰ ਮਸੂੜਿਆਂ 'ਚ ਖੂਨ ਹੁੰਦਾ ਹੈ, ਬਹੁਤ ਜ਼ਿਆਦਾ ਪਿਓਰੀ ਹੈ, ਜਾਂ ਖਾਸ ਕਰਕੇ ਅਕਸਰ ਦੰਦਾਂ ਦੇ ਵਿੱਚ ਤਕਲੀਫ ਦਿੰਦੀ ਹੈ, ਤਾਂ ਸੁੱਕਾ ਧਨੀਆ ਤੁਹਾਡੇ ਵਾਸਤੇ ਰਾਮਬਾਮ ਹੈ। ਅਗਰ ਜੋੜਾਂ ਦੀ, ਕੈਲਸ਼ੀਅਮ ਦੀ ਕਮੀ ਹੈ, ਜਾਂ ਖਾਸ ਕਰਕੇ ਜੋੜਾਂ ਦੀ ਦਰਦ ਰਹਿੰਦੀ ਹੈ, ਤਾਂ ਸੁੱਕਾ ਧਨੀਆ ਤੁਹਾਡੇ ਵਾਸਤੇ ਬਾਦਸ਼ਾਹ ਮੰਨਿਆ ਗਿਆ। ਅਗਰ ਖਾਸ ਕਰਕੇ ਤੁਹਾਡੇ ਪਿਸ਼ਾਬ ਦੇ ਅੰਦਰ ਜਲਨ, ਬਹੁਤ ਜ਼ਿਆਦਾ ਜਲਨ ਆਉਂਦੀ ਹੈ, ਪਿਸ਼ਾਬ ਦੇ ਅੰਦਰ ਇਨਫੈਕਸ਼ਨ ਹੈ, ਜਾਂ ਖਾਸ ਕਰਕੇ ਅੰਦਰੋਂ ਪਿਸ਼ਾਬ ਆਉਂਦਾ, ਤਕਲੀਫ ਹੁੰਦੀ ਹੈ, ਰੁਕ ਰੁਕ ਕੇ ਆਉਂਦਾ, ਬਹੁਤ ਜ਼ਿਆਦਾ ਪਰੇਸ਼ਾਨੀ ਹੈ, ਤਾਂ ਸੁੱਕਾ ਧਨੀਆ ਤੁਹਾਡੇ ਜਿਸਮ ਦਾ ਬਾਦਸ਼ਾਹ ਮੰਨਿਆ ਗਿਆ। ਫਿਰ ਇਹਨਾਂ ਸੂਰਤਾਂ 'ਚ ਬਗਲਾਂ ਦੇ ਅੰਦਰੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ, ਜਾਂ ਖਾਸ ਕਰਕੇ ਬਦਬੂਦਾਰ, ਪਸੀਨੇ ਦੀ ਬਹੁਤ ਜ਼ਿਆਦਾ ਜ਼ਿਆਦੀ ਹੈ, ਤਾਂ ਸੁੱਕਾ ਧਨੀਆ ਤੁਹਾਡੇ ਵਾਸਤੇ ਬਾਦਸ਼ਾਹ। ਖਾਸ ਕਰਕੇ ਕਿੱਲ ਦਾਣੇ ਛਾਈਆਂ, ਖੂਨ ਦੀ ਖਰਾਬੀ, ਖੂਨ ਦੀ ਹੀਟ ਬਹੁਤ ਜ਼ਿਆਦਾ ਹੈ, ਤੁਸੀਂ ਬਾਹਰ ਦੇ ਮੁਲਕ ਚੱਲੇ ਜੇ, ਏਅਰਪੋਰਟ ਤੋਂ ਗਰਮੀ ਦੀ ਵਜ੍ਹਾ ਤੋਂ ਰਹਿ ਗਏ ਜੇ, ਗਰਮੀ ਦੀਆਂ ਬੋਤਲਾਂ ਲਗਵਾਓ, ਸੁੱਕਾ ਧਨੀਆ ਤੁਹਾਡੇ ਵਾਸਤੇ ਬਾਦਸ਼ਾਹ। ਸੁੱਕਾ ਧਨੀਆ ਇਸਤੇਮਾਲ ਕਰਨ ਦਾ ਤਰੀਕਾ ਲਾਜ਼ਮੀ ਸੁਣਨਾ, ਬਿਲਕੁਲ ਅੰਨੇ ਵਾਹ ਇਸਤੇਮਾਲ ਨਹੀਂ ਕਰਨਾ। ਸੁੱਕਾ ਧਨੀਆ ਜਿਹੜਾ ਬਹੁਤ ਲਾਭਦੇ, ਬਹੁਤ ਫਾਇਦੇਮੰਦ ਹੈ। ਮੇਰੀ ਵੀਡੀਓ ਇੰਡੀਆ ਚੱਲਦੀ ਹੈ, ਇੱਕ ਮੈਨੂੰ ਕਮੈਂਟ ਆਇਆ ਸੀ ਕਿ ਬਾਬਾ ਜੀ ਸੁੱਕਾ ਧਨੀਆ ਤੁਹਾਡੇ ਕਹਿਣ ਦੇ ਮੁਤਾਬਕ ਇਸਤੇਮਾਲ ਕੀਤਾ, ਮੇਰੀ 4 ਪਰੇਸ਼ਾਨੀਆਂ ਖਤਮ ਹੋ ਗਈਆਂ। ਸਭ ਤੋਂ ਇਹਦਾ ਮੇਨ ਫਾਇਦਾ ਹੈ ਕਿ ਜਿਹੜਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਨਾ ਭਾਈ, BP ਬਹੁਤ ਵੱਧਦਾ ਹੈ, ਉਹਨਾਂ ਵਾਸਤੇ ਕਮਾਲ ਦਾ ਇਹ ਇੱਕ ਵਰਦਾਨ ਹੈ। ਔਰ ਖਾਸ ਕਰਕੇ ਜਿਹਨਾਂ ਨੂੰ ਥਾਈਰਾਇਡ ਹੈ, ਗੱਲੜ ਹੈ, ਠੀਕ ਹੈ, ਉਸ ਤੋਂ ਬਾਅਦ ਸਿਰ ਚਕਰਾਉਂਦਾ, ਅੱਧੇ ਪੂਰੇ ਸਿਰ ਦੀ ਦਰਦ ਰਹਿੰਦੀ, ਗਰਮੀ ਖੁਸ਼ਕੀ ਦੇ ਤਮਾਮ ਮਰਜ਼ 'ਤੇ
ਉਜ਼ਲਾਤੀ ਬੰਦਾ ਤਮਾਮ ਮਰਜ਼ਾਂ ਦੇ ਕਮਾਲ ਦਾ ਨੁਸਖਾ ਹੈ, ਖਾਸ ਕਰਕੇ ਨਜ਼ਲਾ, ਜ਼ੁਕਾਮ, ਖਾਂਸੀ ਵਾਸਤੇ, ਕੁੱਤਾ ਖੰਘ ਜਿਹਨੂੰ ਕਹਿੰਦੇ ਨੇ, ਉਹਨਾਂ ਵਾਸਤੇ ਬੜਾ ਕਮਾਲ ਦਾ ਨੁਸਖਾ ਹੈ। ਨੁਸਖਾ ਤਾਂ ਮੈਂ ਦੱਸ ਰਿਹਾ, ਲੇਕਿਨ ਖਾਣ ਦਾ ਤਰੀਕਾ ਵੀ ਸੁਣ ਕੇ ਜਾਣਾ। ਬੇਇਤਿਆਦੀ ਨਾਲ ਇਸਤੇਮਾਲ ਨਹੀਂ ਕਰਨਾ, ਰੀੜ੍ਹ ਦੀ ਹੱਡੀ ਨਾਲ ਚਰਬ ਦਾ ਜ਼ਿਆਦਾ ਬਣ ਜਾਣਾ, ਜਾਂ ਖਾਸ ਕਰਕੇ ਹੱਥ ਪੈਰ ਦੀਆਂ ਤਲੀਆਂ ਦਾ ਸੜਨਾ ਭੁੱਜਣਾ, ਜਲਣ ਬਹੁਤ ਜ਼ਿਆਦਾ ਹੋਣੀ ਸ਼ੂਗਰ ਵਾਲੇ ਬੰਦਿਆਂ ਨੂੰ, ਉਹਨਾਂ ਵਾਸਤੇ ਬੜਾ ਕਮਾਲ ਦਾ। ਮਾਦਾ ਇਹ ਖਰਾਜ ਬਹੁਤ ਜ਼ਿਆਦਾ ਹੁੰਦਾ, ਇਹਤਰਾਮ ਬਹੁਤ ਜ਼ਿਆਦਾ ਹੁੰਦਾ, ਮਨੀ ਪਤਲੀ ਹੈ, ਅਤੇ ਬਹੁਤ ਹੀ ਕਮਾਲ ਦਾ ਨੁਸਖਾ ਉਹਨਾਂ ਲੋਕਾਂ ਵਾਸਤੇ। ਨੁਸਖਾ ਹੁਣ ਖਾਣਾ ਕਿਵੇਂ? ਇੱਕ ਚਮਚ ਸੁੱਕਾ ਧਨੀਆ ਪਾਣੀ ਫੁੱਲ ਗਰਮ ਕਰਕੇ ਰਾਤ ਨੂੰ ਉਹ 'ਚ ਸੁੱਟ ਦੇਵੋ ਅਤੇ ਬਾਹਰ ਰੱਖ ਦੇਵੋ। ਸੁਬਹਾ ਜਦੋਂ ਉਹ ਪਾਣੀ ਪੁਣ ਛਾਣ ਕੇ ਤੁਹਾਨੂੰ ਖਾਲੀ ਪੇਟ ਪੀਣਾ, ਇਹ ਬਹੁਤ ਅੱਛਾ ਤਰੀਕਾ ਹੈ। ਇੱਕ ਹੋਰ ਤਰੀਕਾ ਤੁਹਾਨੂੰ ਦੱਸਣ ਲੱਗਾ ਜਿਹੜਾ ਕਮਾਲ ਦਾ ਨੁਸਖਾ ਹੈ। ਮੰਨ ਲਵੋਗੇ ਕਿ ਵਾਕਈ ਬਾਬਾ ਜੀ ਇੱਕ ਦੋ ਦਿਨ ਇਸਤੇਮਾਲ ਕਰਨ ਦੇ ਨਾਲ ਵਾਕਈ ਮਜ਼ਾ ਆ ਗਿਆ। ਗਲੂਕੋਜ਼ ਡੀ ਲੈਣਾ ਤੁਸੀਂ 100 ਗ੍ਰਾਮ, ਖੁਸ਼ਕ ਧਨੀਆ ਲੈਣਾ 110 ਗ੍ਰਾਮ, ਕਾਰਬੀ ਡੀ ਤੁਸੀਂ ਪਾਉਣਿਆ ਇਹ 'ਚ ਸਿਰਫ 40 ਗ੍ਰਾਮ। ਤਮਾਮ ਚੀਜ਼ਾਂ ਨੂੰ ਕੁੱਟ ਪੀਸ ਕੇ ਘਰ ਦੇ ਅੰਦਰ ਰੱਖ ਲਵੋ। ਮਿੱਠੀ ਜੀ ਦਵਾਈ ਬਣਦੀ, 1 ਚਮਚ ਬੜਾ ਨੀਮ ਗਰਮ ਪਾਣੀ ਨਾਲ ਸੁਬਹ, ਦੁਪਹਿਰ ਔਰ ਸ਼ਾਮ ਬਾਅਦ ਰੋਟੀ ਤੋਂ। ਦੇਖੋਗੇ ਇਨਸ਼ਾਅੱਲਾ ਮਾਲਕ ਦੀ ਰਹਿਮਤ ਨਾਲ ਕਿ ਤੁਹਾਡੇ ਪੂਰੇ ਵਜੂਦ 'ਚ ਗਰਮੀ, ਖੁਸ਼ਕੀ, ਚਿੜਚਿੜਾਵਨ, ਵਸਵਸੇ, ਜ਼ਿਹਨੀ ਦਬਾਓ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਯਾਦ ਆ ਗਿਆ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਵਾਸਤੇ ਬੜਾ ਹੀ ਕਮਾਲ ਦਾ ਨੁਸਖਾ। ਅੱਲਾ ਪਾਕ ਰਹਿਮਤ ਆ ਫਰਮਾਏ। ਗੈਸ, ਕਬਜ਼, ਜਲਨ, ਤਜ਼ਾਬੀਅਤ, ਫਾਰਾ, ਖੱਟੇ ਮਿੱਠੇ ਡਕਾਰ, ਬਦਹਜ਼ਮੀ, ਰੋਟੀ ਦਾ ਪਚਣਾ ਨਾ, ਪੇਟ ਦੀ ਗੈਸ, ਗੰਦੀ, ਕਮਾਲ ਦਾ ਨੁਸਖਾ ਜੀ। ਨੇਕ ਦੁਆਵਾਂ 'ਚ ਯਾਦ ਰੱਖਿਆ ਜੀ। ਮਿਲਦੇ ਹਾਂ ਅਗਲੀ ਵੀਡੀਓ ਨਾਲ, ਉਨੀ ਦੇਰ ਤੱਕ ਮੁਹੱਬਤ ਬੜਾ ਸਲਾਮ। ਲਾਜ਼ਮੀ ਵੀਡੀਓ ਸ਼ੇਅਰ ਕਰਿਆ ਜੇ ਫੇਸਬੁੱਕ 'ਤੇ, ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਲਾਜ਼ਮੀ ਕਰ ਲਿਆ ਜੇ। ਅੱਲਾ ਨਿਗਹਬਾਨ।